सतगुरु आप सब जी के घर च खुशियां खेड़े बनाई रखे, पर खुशियां नू माणदिया उन्होंने इंजॉय करदिया उन्हां किसानां नू कदी ना भुल जिओ। 600 तो वध शहीद हो चुके ने साडे लई तुहाडे लई अपने लई हक सच ते पहरा दिंदे होए। इस करके मैं चाहवांगा कि जेड़ा भी कलाकार आवे तो लफ्ज जरूर क्या करे, उन्होंने याद करिया करो। हुण जेड़ा भी नेता होवे, अभिनेता होवे, कलाकार होवे, जेड़ा किसानां दी गल नहीं करदा उन्हां दी गल कोई नहीं जे सुणदा। ठीक गल है ना, एक करी मारो ताड़ी ते तुहाडे रूबरू पेश कर रहे हैं जी संघू भुल्लर। दो गीतां दे नाल हाजरी आ, उस तों बाद लगातार तुहाडे चहेते स्टार कलाकारां ने तुहाडे रूबरू हाजरी लवाउणी। आओ जी संघू भुल्लर। वाहेगुरु जी का खालसा, वाहेगुरु जी की फतेह। आई हुई सारी संगत नूं जी आया आखदे हां, बहुत ही खुशी वाला दिन है कि दोबारा करोना काल तो बाद मेले लगन लगे आ, रौनक लगन लगियां आ। सो तुहानूं सब नूं मुबारक है इस गल दियां। साडा वीर बख्शी ठाणेवाल आजाद खानपुर प्रबंधक जिन्ने भी आ, बहुत बहुत शुक्रिया इन्हां दा जो दास नूं इन्ने जोगा समझिया गए। 10-15 मिनट दे तुहाडे रूबरू होण दा मौका दिता है। सो समा थोड़ा जिहा गल्लां घट, साडा वीर सूरज भी पहुंच चुक्या जी आया आखदे इन्हां नूं। सो आओ जी वार बाबा बंदा सिंह बहादुर। ਧਰ ਤੋਂ ਥਾਪੜਾ ਹੋ ਚਾਰ ਦਿਨ ਖੇਡ ਲੈ ਹੋ ਮੌਜਾਂ ਮਾਣ ਲੈ ਤੈ ਵੱਜ ਜਾਵਣਾ ਕੰਗਣਾ ਕੱਜ ਦਿਆ ਤਰ ਤੋਂ ਥਾਪੜਾ ਦਿੱਤਾ ਚਰਨੀ ਸੀਸ ਨਿਵਾ ਉਹ ਬੰਦਾ ਸਿੰਘ ਬਹਾਦਰ ਬਣ ਗਿਆ ਉਹਨੇ ਮਾਦੋਲਾ ਬਦਲਾ ਉਹਦੇ ਥਰ ਥਰ ਦੌੜੇ ਕੰਬਦੇ ਪਰਸਦੇ ਗਿਆ ਖੂਨ ਅੱਖਾਂ ਦੇ ਵਿੱਚ ਆ ਤਲਵਾਰ ਤੇ ਹੱਦ ਤਾ ਜਾਨ ਮਛੇਰੀ ਦਾ ਉਹ ਤੁਰ ਪਿਆ ਫਲ ਸਰਹੰਦ ਦੇ ਹੋਏ ਤੇ ਚੋੜ ਨਗਾਰੇ ਲਾ ਸ੍ਰੀ ਸਾਹਿਬ ਦੇ ਖੰਡੇ ਲਿਸ਼ਕ ਦੇ ਜਾਵੇ ਕਰਦਾ ਸਭ ਫਨਾ ਹੋ।
ਪੱਥਰ ਲੱਥ ਗਏ ਰਈਆਂ ਤੇ ਕਾਫਰਾਂ ਨੂੰ ਖਾ ਉਹ ਮੁਗਲਾਂ ਦੇ ਸੱਥਰ ਲੱਥ ਗਏ ਰਈਆਂ ਤੇ ਕਾਫਰਾਂ ਨੂੰ ਖਾ ਉਹ ਮੁਖੋ ਬੋਲੇ ਸੋ ਨਿਹਾਲ ਦੇ ਹੱਥੇ ਰਹੇ ਜਕਾਰੇ ਲਾ ਪਾਈਆਂ ਭਜੜਾ ਖਾਨ ਵਜ਼ੀਰ ਨੂੰ ਵਜ਼ੀਰ ਨੂੰ ਗਿਆ ਸੁੱਚਾ ਨੰਦ ਕਬਰਾ ਦਿੱਤਾ ਕਿਲਾ ਹੰਕਾਰ ਦਾ ਟਾ ਰਹਿੰਦੀਆਂ ਬੰਦਿਆਂ ਤੇਰੀਆਂ ਜਗਲ ਵਿੱਚ ਰਹਿੰਦੀਆਂ ਬੰਦਿਆਂ ਤੇਰੀਆਂ ਜਗਲ ਵਿੱਚ ਰਹਿੰਦੀਆਂ ਮਰਦਾ ਤੇਰੀਆਂ ਹਾਂ ਜੀ ਹਾਂ ਵਾਰਾਂ ਤੁਰੀਆਂ ਜਾ ਵਾਰਾਂ ਤੁਰੀਆਂ ਜਾ ਵਾਰਾਂ ਤੁਰੀਆਂ ਜਾ ਸੋ ਕੁਛ ਗੀਤ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਹਿੱਕ ਦੇ ਜ਼ੋਰ ਨਾਲ ਗਾਉਣਾ ਪੈਂਦਾ ਉਹਨਾਂ ਵਿੱਚੋਂ ਵਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਸੋ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਂ ਦੇ ਕਰੀ ਜ਼ੋਰਦਾਰ ਤਾੜੀ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦਾ ਬਦਲਾ ਸਰਹੰਦ ਵਿੱਚ ਜਾ ਕੇ ਲਿਆ ਮੈਂ ਆਪਣੇ ਲਈ ਤਾੜੀ ਨਹੀਂ ਕਹਿ ਰਿਹਾ ਕਈ ਜ਼ੋਰਦਾਰ ਤਾੜੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਸੋ ਦੱਸਦਾ ਸੰਗੂ ਭੁੱਲਰ ਮੈਂ ਥੋੜ੍ਹਾ ਜਿਹਾ ਚੇਤਾ ਕਰਾ ਦਿਆਂ ਇਹ ਪਿੰਡ ਦਾ ਪ੍ਰਾਹੁਣਾ ਵੀ ਜੇ ਤਾੜੀ ਜ਼ਰੂਰ ਮਾਰ ਦਿਓ ਇਹ ਪ੍ਰਾਹੁਣਾ ਮਤਲਬ ਪ੍ਰਾਹੁਣਾ ਹੀ ਹੁੰਦਾ ਐਵੇਂ ਕਿਤੇ ਐਵੇਂ ਥੋੜ੍ਹਾ ਕਿਸੇ ਨੂੰ ਪ੍ਰਾਹੁਣਾ ਕਹਿ ਦਈਦਾ ਇਸ ਕਰਕੇ ਵੈਸੇ ਇਹ ਨਹੀਂ ਵੀ ਪ੍ਰਾਹੁਣਾ ਕਰਕੇ ਤਾੜੀ ਆਵਾਜ਼ 'ਚ ਦਮ ਵੀ ਪੂਰਾ ਡਿਜ਼ਰਵ ਕਰਦਾ ਜ਼ੋਰਦਾਰ ਤਾੜੀਆਂ ਕਿਉਂਕਿ ਗੱਲ ਬਾਬਾ ਬੰਦਾ ਸਿੰਘ ਬਹਾਦਰ ਦੀ ਕੀਤੀ ਹੈ ਜਿਹਨੇ ਸਾਨੂੰ ਜ਼ਮੀਨਾਂ ਦਾ ਮਾਲਕ ਬਣਾਇਆ ਸੀ ਇਹ ਯਾਦ ਰੱਖਿਓ ਬਹੁਤ ਸੋਹਣੀ ਗੱਲ ਕੀਤੀ ਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਹੁਣ ਗੱਲ ਮਿਰਜ਼ੇ ਦੀ ਲੱਗਾ ਕਰਨ ਸੰਗੂ ਭੁੱਲਰ ਅਤੇ ਖਿਆਲ ਰੱਖਿਓ ਭਾਈਏ ਦਾ ਮਾਣ ਤਾਣ ਵੀ ਕਰਨਾ ਜੇ ਨਹੀਂ ਤਾਂ ਮੈਨੂੰ ਦੱਸ ਦਿਓ ਮੈਂ ਉੱਦਾਂ ਅਨਾਊਂਸ ਕਰੀ ਜਾਂ ਸੋ ਬਹੁਤ ਸ਼ੁਕਰੀਆ ਪੱਖੋਕੇ ਸਾਹਿਬ ਗੱਲਾਂ ਕਰਨ ਨੂੰ ਬਹੁਤ ਮਨ ਕਰਦਾ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਇਸ ਕਰਕੇ ਸਿੱਧਾ ਗੀਤ ਤੋਂ ਚੌਂਕੀ ਇੰਚਾਰਜ ਸਠਿਆਲਾ ਸਾਡਾ ਵੱਡਾ ਵੀਰ ਬਹੁਤ ਹੀ ਮਾਣ ਕਰਾਉਂਦੇ ਨੇ ਸ਼ੁਕਰੀਆ ਜੀ 500 ਰੁਪਏ ਦਾ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਆਓ ਜੀ ਮਿਰਜ਼ਾ ਜਿਹੜੀ ਬੋਲਦੀ ਪੈਂਦੀ ਬੱਕੀ ਦੇ ਗਲਿਆਣ ਕਹਿੰਦੀ ਕਿੱਥੇ ਹੈ ਨਹੀਂ ਬੱਕੀਏ ਕਹਿੰਦੀ ਕਿੱਥੇ ਹੈ ਨਹੀਂ ਬੱਕੀਏ ਮੇਰਾ ਮਿਰਜ਼ਾ ਸ਼ੇਰ ਜਵਾਨ ਮੈਨੂੰ ਥੱਥਾ ਦੱਸਣ ਸੁਣੀਆ ਮੈਨੂੰ ਥੱਥਾ ਦੱਸਣ ਸੁਣੀਆ ਤੇ ਆਂਗੜ ਆਉਂਦਾ ਥਾਂ ਮੈਨੂੰ ਸੁਪਨੇ ਆਉਂਦੇ ਚੰਦਰੇ ਮੈਨੂੰ ਸੁਪਨੇ ਆਉਂਦੇ ਚੰਦਰੇ ਮੈਨੂੰ ਸੁਪਨੇ ਆਉਂਦੇ ਚੰਦਰੇ ਕਿਤੇ ਮੱਤ ਸਕੇ ਹੋ ਜਾਣ ਯਾਰੋ ਬੱਕੀ ਅੱਗਿਓਂ ਬੋਲ ਕੇ ਅੱਗਿਓਂ ਬੋਲ ਕੇ ਨਾਲੇ ਸਾਰਾ ਹੀ ਦੱਸਦੀ ਹਾਲ ਕਹਿੰਦੀ ਤੇਰੇ ਪੁੱਤ ਜਵਾਨ ਨੇ ਕੁੜੀ ਹੈ ਸਾਹਿਬਾ ਲਈ ਨੀ ਕਾਲੀ ਆਏ
ਵਿੱਚ ਡੋਰੇ ਸੌ ਗਿਆ ਤੇ ਸੁਰਤ ਨਾ ਰਹੀ ਸਭਾ ਨੀ ਉਹ ਨਾਲ ਤੀਰਾਂ ਦੇ ਫੰਡਤਾ ਯੋ ਨਾਲ ਤੀਰਾਂ ਦੇ ਫੰਡਤਾ ਤੇ ਕੀਤਾ ਖੂਬ ਹਲਾਲ ਯਾਰੋ ਕਿਸੇ ਨਾਲ ਦਾ ਹੋਵਣੀ ਯਾਰੋ ਕਿਸੇ ਨਾਲ ਦਾ ਹੋਵਣੀ ਜੈਸੀ ਹੋਈ ਮਿਰਜੇ ਨਾਲ ਕੀ ਜੱਟ ਮੋਇਆ ਪਿਆ ਵੀ ਦਮਕਦਾ ਹੋ ਜੱਟ ਮੋਇਆ ਪਿਆ ਵੀ ਦਮਕਦਾ ਜਿਵੇਂ ਚਮਕੇ ਸੂਰਜ ਲਾਲ ਯਾਰੋ ਸੁਣ ਕੇ ਹਾਲਤ ਪੁੱਤ ਦੀ ਯਾਰੋ ਸੁਣ ਕੇ ਹਾਲਤ ਪੁੱਤ ਦੀ ਮਾਤਾ ਡਿੱਗੀ ਤਖਤ ਨਿਰਾਸ਼ ਉੱਥੇ ਇਕੱਠਾ ਹੋ ਗਿਆ ਘੋੜਮਾ ਨਾਲੇ ਜਿਤਨੇ ਵੱਸਦੇ ਹੀ ਪਾਸੀ ਓਏ ਹੋ ਗਿਆ ਕੋੜ ਮਾਰ ਜਿਤਨੇ ਵਾਸਤੇ ਪਾਰ ਕਹਿੰਦੇ ਉੱਠ ਨਸੀਬੋ ਸੁਰਤ ਕਰ ਕਹਿੰਦੇ ਉੱਠ ਨਸੀਬੋ ਸੁਰਤ ਕਰ ਤੇ ਦੇਣ ਲੱਗੇ ਦਰਵਾਸ ਆਪਾਂ ਬਦਲਾ ਲਾਂਗੇ ਖਰਲ ਦਾ ਆਪਾਂ ਬਦਲਾ ਲਾਂਗੇ ਖਰਲ ਦਾ ਤੇ ਘਰ ਚੰਦਰਾਂ ਦਾ ਫੜਾ ਜੀ ਘਰ ਚੰਦਰਾਂ ਦਾ ਫੜਾ ਜੀ ਘਰ ਚੰਦਰਾਂ ਦਾ ਹੋ ਬੁੜੀਆ ਘਰ ਚੰਦਰਾਂ ਦਾ ਹੀ ਨਾ ਸੀ ਓਏ ਮਿਰਜ਼ਾ ਪੇਸ਼ ਕੀਤਾ ਜੀ ਚੰਗਾ ਲੱਗਾ ਤੇ ਤਾੜੀ ਲਾਉਣੀ ਹੈ ਬਹੁਤ ਹੀ ਸ਼ੁਕਰੀਆ ਸੋ ਖਾਨਪੁਰ ਤੋਂ ਮੇਰੇ ਸਹੁਰਾ ਸਾਹਿਬ ਸਰਦਾਰ ਮੰਗਲ ਸਿੰਘ ਜੀ ਚਾਹਲ ਬਹੁਤ ਸਾਰਾ ਮਾਣ ਕਰਾ ਕੇ ਗਏ ਆ ਮੇਰਾ ਵੀਰ ਗੁਰਪ੍ਰੀਤ ਬਲ ਸਠਿਆਲਾ ਬਹੁਤ ਹੀ ਮਾਣ ਕਰਾ ਕੇ ਗਿਆ 500 ਰੁਪਏ ਦੇ ਬਖਸ਼ੀ ਭਾਅ ਜੀ ਵੀ ਮਾਣ ਕਰਾ ਕੇ ਗਏ ਨੇ ਬਹੁਤ ਹੀ ਸ਼ੁਕਰੀਆ ਬਹੁਤ ਹੀ ਮਿਹਰਬਾਨੀ ਇੱਕ ਹੌਸਲਾ ਅਫਜਾਈ ਹੁੰਦੀ ਆ ਬੰਦੇ ਵਾਸਤੇ ਸੋ ਬਹੁਤ ਹੀ ਸ਼ੁਕਰੀਆ ਜਿਹੜੇ ਵੀਰ ਮਾਣ ਕਰਾ ਰਹੇ ਨੇ ਇਸ ਤੋਂ ਬਾਅਦ ਇਹ ਆਪਾਂ ਗੱਲ ਕੀਤੀ ਮਿਰਜ਼ਾ ਦੀ ਕਿ ਮਿਰਜ਼ਾ ਜਦੋਂ ਬੱਕੀ ਖਾਲੀ ਮੁੜਦੀ ਆ ਉਹਦੀ ਮਾਂ ਦੇ ਸਵਾਲ ਜਵਾਬ ਸੀਗੇ ਸੋ ਕਿਵੇਂ ਮਿਰਜ਼ਾ ਮਾਰਿਆ ਜਾਂਦਾ ਛੋਟੇ ਜਿਹੇ ਇੱਕ ਰੂਪ 'ਚ ਤੁਹਾਨੂੰ ਦੱਸਾਂਗੇ ਆਓ ਜੀ ਲਾਊਟ ਰਹੇ ਹੋ ਜੱਟ ਹੇਠ ਜੰਡੋਰੇ ਤੇ ਸੌ ਗਿਆ ਪੱਟ ਦਾ ਸਰਾਣਾ ਲਾ ਕੇ ਹੋਏ ਹੋ ਜੱਟ ਹੇਠ ਜੰਡੋਰੇ ਤੇ ਸੌ ਗਿਆ ਕਰ ਕੱਢ ਕੇ ਸਿਆਲਾ ਤੋਂ ਘੇਰਿਆ ਮਿਰਜ਼ਾ ਪਲ ਵਿੱਚ ਆ ਕੇ ਉਹ ਪੰਨ ਕਾਨੀਆਂ ਸਾਹਿਬਾਂ ਨੇ ਪੰਨ ਕਾਨੀਆਂ ਸਾਹਿਬਾਂ ਨੇ ਮੋਢਿਓ ਜੱਟ ਨੂੰ ਹਲੂਣ ਜਗਾਤਾ ਸਾਹਿਬਾ ਬਣੀ ਭਰਾਵਾਂ ਦੀ ਸਾਹਿਬਾ ਬਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਾਤਾ ਭਾਈਆਂ ਤੋਂ ਯਾਰ ਮਰਾਤਾ ਸਾਹਿਬਾ ਬੜੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਾਤਾ ਇੱਕੋ ਪਿੰਡ ਪਲੇ ਖੇਡੇ ਵਿੱਚ ਸੱਦਦੇ ਇੱਕ ਨੂੰ ਕੂਕਰ ਦੂਜਾ ਸੁੱਚਾ ਦੱਸਦੇ ਇੱਕੋ ਪਿੰਡ ਪਲੇ ਖੇਡੇ ਇੱਕ ਨੂੰ ਕੂਕਰ ਦੂਜਾ ਸੁੱਚਾ ਦੱਸਦੇ ਉਹ ਯਾਰ ਹੋ ਕੇ ਪਿੱਠ ਜੋ ਦਿਖਾਵੇ ਯਾਰ ਦੀ ਗੋਲੀ ਮਾਰੋ ਇਹੋ ਜੇ ਬਲੌਟੀ ਯਾਰ ਦੇ ਗੋਲੀ ਮਾਰੋ ਇਹੋ ਜੇ ਬਲੌਟੀ ਯਾਰ ਦੇ ਗੋਲੀ ਮਾਰੋ ਇਹੋ ਜੇ ਬਲੌਟੀ ਯਾਰ ਦੇ ਸੋ ਗੱਲ ਯਾਰੀਆਂ ਦੀ ਚੱਲ ਰਹੀ ਆ
बख्शी भाजी आजाद जी, मैं लगता आप बने यारियां लिए। सो मेरा आने वाला गीत जो कि 10 दिन तक रिलीज हो जाएगा वो तुहाडे रूबरू करन जा रहा, क्योंकि यारी की गल छिड़ी आ ते यारी ते ही अपना गीत आ रहा। फ्रेंडहुड टाइटल के नाम तो गाना आ रहा, तो फ्रेंडहुड रैकर्ड्स तो ही आएगा। तुसी सारिया ने प्यार देना है ओदियां। मैं पहली बारी मैं गा रहा स्टेज पर रिलीज होने तो पहला, आओ जी साध खा दो साध। हो यारी मंगती आ सिर आपा तली ते रखी दा, ते दूजा नित गेड़ा वैरियां दी गली च रखी दा। सूरज जी गौर करियो। हो यारी मंगती आ सिर आपा तली ते रखी दा, ते दूजा नित गेड़ा वैरियां दी गली च रखी दा। हो रब जिड्डा आसरा हुंदा ए बापू दा, ते प्यो वाली थां नहीं लै सकदा ताया। गल सच्ची आ ते ताड़ी ला दियो, प्यो वाली थां नहीं लै सकदा ताया। हो रब जिड्डा, रब जिड्डा आसरा हुंदा ए बापू दा, रब जिड्डा आसरा हुंदा ए बापू दा, प्यो वाली थां नहीं लै सकदा ताया। अंत नूं ते जड़ा ते मैं अज मुकया नहीं, लख लाण ता यारी दा जट कम ना आया। अंत नूं ते जड़ा ते मैं अज मुकया नहीं, लख लाण ता यारी दा जट कम ना आया। सुन के निकले ललकर नाल मार दे वहां चुनके, अंब देने वारी साड़ी बाज सुन के निकले ललकर नाल मार दे वहां चुनके। हक दी कमाई पर ढिड यार दा, हक दी कमाई पर ढिड यार दा, किसे दा भी हक नहीं मार के खाया, किसे दा भी हक नहीं मार के खाया। अंत नूं ते जाना सी मैं अज मुकया नहीं, लख लाण ता यारी दा जट कम ना आया। अंत नूं ते जाना सी मैं अज मुकया नहीं, लख लाण ता यारी दा जट कम ना आया। मिसाल जग दे लोग यारियां दी देन के मिसाल वेख ली, याद करना मरे नू बेहिसाब वेख ली। लोग यारियां दी देन के मिसाल वेख ली, याद करना मरे नू बेहिसाब वेख ली। एक पिंड जिमें दा प्रीत हुंदा सी, एक पिंड जिमें दा प्रीत हुंदा सी, जो भी कटिया कमाया उन्हें यारी ते लाया। अंत नूं ते जाना सी मैं अज मुकया नहीं, लख लाण ता यारी दा जट कम ना आया। अंत नूं ते जाना सी मैं अज मुकया नहीं, लख लाण ता यारी दा जट कम ना आया। अंत नूं ते जाना सी मैं अज मुकया नहीं, लख लाण ता यारी दा जट कम ना आया। अंत नूं ते जाना सी मैं अज मुकया नहीं, लख लाण ता यारी दा जट कम ना आया। अंत नूं ते जाना सी मैं अज मुकया नहीं, लख लाण ता यारी दा जट कम ना आया। हो बारी बारी बरसी खटन गया सी, हो बारी बारी बरसी खटन गया सी, बारी बारी बरसी खटन गया सी, बारी बारी बरसी खटन गया सी, खट के लिया धरमा। हो मेले लह जावे ले जा मैनू नाल, मेले लह चलवे ले जा मैनू नाल, मेले लह चलवे। बारी 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 बरसी खटन गया, बारी बारी बरसी कटने गया सी, खट के लिया धरमा। नी
मेले लह जाऊंगा लाडू ठाणे वाल मेले लह जाऊंगा लाडू ठाणे वाल मेले लह जाऊंगा ठाणे वाल मेले लह जाऊंगा सुरमाल दी गल चली आ रमाल दी गल चली आ आउण दो मठा मठा चमकीले दा गाना याद आ गया की कहिंदा कहिंदा रेशमी रमाल कुड़ी खंड दा खेतड़ा 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 ओ मगर बिरा बड़े तेरे दानी मुंडा गुट ते पटोलिया तेरा नाल गवाई तेरे दानी मुंडा गुट ते पटोलिया तेरा नाल गवाई तेरे दानी मुंडा गुट ते पटोलिया ਖਾਨਪੁਰ ਤੇ ਸਾਰਾ ਜਿੰਨਾ ਏਰੀਆ ਖਾਸ ਕਰਕੇ ਮੇਰੇ ਸਹੁਰਾ ਸਾਹਿਬ ਲਈ ਰੇਸ਼ਮੀ ਰਮਾਲ ਕੁੜੀ ਬਾਰੀ ਖਾਲ ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ ਸੀੜੀ ਤੇ ਬੈਜਾ ਬੱਲੀਏ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ ਢੱਲ ਚੱਲੀਏ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ ਢੱਲ ਚੱਲੀਏ मेरी गल सुन हानिया तेन वास्ता मैं पानी मेरी एक गल सुनता मेरी एक गल सुनता जाही पिंड पैरा लगता अवन वटिया अवन वटिया अवन वटिया जाई पिंड पैरा लगता अवन वटिया जाई पिंड पैरा लगता अवन वटिया जाई पिंड पैरा लगता तो बाल बाल साहब वालों पखो के साहब वालों इशारा हो रहा कि टाइम काफ़ी ज़्यादा ले लिया माफ़ करो इस बात से बहुत ही शुक्रिया बहुत ही मेहरबानी जिन्ने मेरे वीर माण करा के गए ने साडा वीर रिंकू बाल सठियाला साडा वीर बाबे बकाल दो प्रदीप पवन सारे ही मेरा वीर मनप्रीत सिद्धू बख्शी ठाणेवाल आजाद सारी ही प्रबंधक कमेटी का बहुत बहुत धन्यवाद खास करके मेरे उस्ताद जी जिन्हां दी बदौलत ही अज ये हौसला है ये जिन्ना माड़ा मोटा सीधे सीधा जो गाने वाले बंदे आपां गराइयां गरूरियां दे है ना आउंदियां नहीं वो ये पर गाना स्टेज पर कहिंदे जिगरा चाहिए सो मेरे उस्ताद सरदार मलकीयत सिंह सोनू जी इन्हां दे नां ते जरूर एक ताड़ी दा दिओ जी बहुत सारे जिन्हें इत्थे सिंगर गा के गए काफ़ी इन्हां दे स्टूडेंट ने इन्हां दे नाम ते जरूर ताड़ी सो बहुत ही शुक्रिया पखोगे साहब सॉरी टाइम थोड़ा वध लै लिया वाहेगुरू जी का खालसा वाहेगुरू जी की फतह।